ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਅੰਦਰ ਖਾਲਸਾ ਪੰਥ ਕੋਲੋਂ ਤੇ ਗੁਰੂ ਕੋਲੋਂ ਮਾਫੀ ਮੰਗੀ। ਹਰ ਸਿੱਖ ਦਾ ਅਧਿਕਾਰ ਔਰ ਸਿੱਖੀ ਦੇ ਵਿੱਚ ਮਾਫੀ ਨੂੰ ਬਹੁਤ ਵੱਡੀ ਮਹਾਨਤਾ ਹੈ, ਜੋ ਕਿ ਨਿਉ ਕੇ ਗਲ ਚ ਪੱਲਾ ਪਾ ਕੇ ਮਾਫੀ ਮੰਗਦਾ ਹੈ ਤੇ ਕਿ ਜੇ ਉਹਦੇ ਤੇ ਫਿਰ ਵੀ ਕੋਈ ਸਵਾਲ ਉਠਾਉਂਦਾ ਹੈ, ਇਹਦਾ ਮਤਲਬ ਹੈ ਕਿ ਉਹਦੇ ਅੰਦਰ ਈਰਖਾ ਹੈ। ਪਹਿਲੀ ਤੇ ਗੱਲ ਹੈ ਕਿ ਤੁਸੀਂ ਸਰ ਸੁਖਬੀਰ ਸਿੰਘ ਬਾਦਲ ਦੀ ਮਾਫੀ ਤੇ ਸਵਾਲ ਉਠਾਏ, ਇਹ ਗੁਰੂ ਦੇ ਸਿੱਖ ਵੱਲੋਂ ਗੁਰੂ ਦੇ ਕੋਲੇ ਕੀਤੀ ਹੋਈ ਜੋਦੜੀ ਦੀ ਅਵੱਗਿਆ ਹੈ। ਮਗਰ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਦਰਦ ਉਹਨਾਂ ਦਾ ਕੀ ਸੀ। ਦਰਦ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸੀ ਜਾਂ ਦਰਦ ਸੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਧੀ ਵਿਧਾਨ ਨੂੰ ਛਿੱਕੇ ਟੰਗਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜੀ ਮਾਫ਼ੀ ਮੰਗੀ ਔਰ ਉਸ ਮਾਫ਼ੀ ਨੂੰ ਜਿਹੜਾ ਦਾਸ ਨੇ ਅਪੋਜ਼ ਕੀਤਾ। ਮੈਨੂੰ ਹਾਲੇ ਤੱਕ ਉਸ ਵੀਡੀਓ ਦੀ ਕਲੈਰਿਟੀ ਨਹੀਂ ਸਮਝ ਆਈ ਕਿ ਇਹ ਦਰਦ ਜਿਹੜਾ ਬਲਟੋਆ ਸਾਹਿਬ ਦੇ ਵਿੱਚ ਕਿਸ ਚੀਜ਼ ਦਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਕਦੀ ਵੀ ਏਜੰਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਨਹੀਂ ਰਿਹਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਨੇ ਬੜੀ ਜੱਦੋਜਹਿਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਾ ਕੇ ਹਾਸਲ ਕੀਤੀ ਸੀ, ਅੱਜ ਕਿਹਦੀ ਝੋਲੀ 'ਚ ਹੈ? ਤੁਸੀਂ ਕਿਸ ਦਰਬਾਰ ਦੀਆਂ ਪੌੜੀਆਂ ਚੜ੍ਹਦੇ ਜੇ? ਬੰਦੀ ਸਿੰਘਾਂ ਦੇ ਬੜੇ ਤੁਸੀਂ ਹਮਦਰਦ ਬਣਦੇ ਜੇ, ਤੇ ਬੰਦੀ ਸਿੰਘਾਂ ਦਾ 2019 ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰਿਆ ਕੌਣ ਹੈ? ਰਾਜੇ ਲਾਗੂ ਲੋੜ ਹੀ ਨਹੀਂ ਕਿਸੇ ਧਰਨੇ ਦੀ, ਮੁਜ਼ਾਹਰੇ ਦੀ, ਪ੍ਰਦਰਸ਼ਨ ਦੀ, ਤੁਸੀਂ ਇਕੱਲੇ ਹੀ ਕਰਾ ਦਿਓ, ਤੁਹਾਡਾ ਧੰਨਵਾਦ ਕਰਾਂਗੇ। ਮੈਂ ਬਲਟੋਆ ਸਾਹਿਬ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਮੇਰੀ ਚਿੱਠੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਦੀ ਪੂਰੀ ਰਿਪੋਰਟ ਦੇਣ ਦੀ ਜਿਹੜੀ ਮੇਰੀ ਡਿਊਟੀ ਹੈ, ਕਿਉਂਕਿ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਾਈ ਹੈ, ਔਰ ਇਸ ਦੇ ਰਾਹੀਂ ਮੈਂ ਇੱਕ ਪਹਿਲੇ ਵੀ ਚਿੱਠੀ ਲਿਖੀ ਸੀ ਜਿਹਦੇ ਬਾਰੇ ਮੈਂ ਅਪੋਜ਼ ਕੀਤਾ ਸੀ ਤੁਹਾਡੇ ਨਾਮ ਦੇ ਉੱਤੇ ਕਿ ਇੱਕ ਰਾਜਨੀਤਿਕ ਬੰਦੇ ਨੂੰ ਕਦੀ ਵੀ ਇਸ ਵਜੀ ਕਮੇਟੀ ਦਾ ਹਿੱਸੇਦਾਰ ਨਹੀਂ ਬਣਾਉਣਾ ਚਾਹੀਦਾ। ਮਗਰ ਉਸ ਤੋਂ ਬਾਵਜੂਦ ਵੀ ਜਿਹੜੀ ਮੀਟਿੰਗ ਹੋਈ, ਔਰ ਮੈਂ ਅੱਜ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਅੱਜ ਸਾਹਮਣੇ ਆ ਗਈ ਹੈ ਕਿ ਸਰਦਾਰ ਵਿਰਸਾ ਸਿੰਘ ਬਲਟੋਆ ਬਿਨਾਂ ਰਾਜਨੀਤੀ ਕੀਤੇ ਹੋਏ ਰਹਿ ਨਹੀਂ ਸਕਦਾ, ਕਿਉਂਕਿ ਇਹਨਾਂ ਦਾ ਸਿਰਫ ਤੇ ਸਿਰਫ ਇੱਕੋ ਏਜੰਡਾ ਹੈ, ਆਪਣੇ ਆਕਾਵਾਂ ਨੂੰ ਖੁਸ਼ ਕਰਨਾ। ਤਾਂ ਵਿਰਸਾ ਸਿੰਘ ਬਲਟੋਆ ਵੱਲੋਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ ਦਿੱਲੀ ਕਮੇਟੀ ਦੇ ਸੰਦਰਭ ਦੇ ਵਿੱਚ ਹਰਮੀਤ ਸਿੰਘ ਕਾਲਕਾਰਾਂ ਦੇ ਸੰਦਰਭ ਦੇ ਵਿੱਚ, ਜਿਸ ਦਾ ਜਵਾਬ ਬਾਅਦ ਦੇ ਵਿੱਚ ਹਰਮੀਤ ਸਿੰਘ ਕਾਲਕਾ ਨੇ ਦਿੱਤਾ ਹੈ, ਔਰ ਉਸ ਕਮੇਟੀ ਤੇ ਇੱਕ ਵਾਰੀ ਫਿਰ ਸਵਾਲ ਚੱਕੇ ਨੇ ਜੋ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੰਦੀ ਸਿੰਘਾਂ ਦੇ ਮਾਮਲੇ ਦੇਖਣ ਦੇ ਸੰਦਰਭ ਦੇ ਵਿੱਚ ਬਣਾਈ ਗਈ ਹੈ। ਸੋ ਉਸ ਨੂੰ ਲੈ ਕੇ ਇਹ ਵਾਰ ਪਲਟਵਾਰ ਦਾ ਸਿਲਸਿਲਾ ਦੋਹਾਂ ਆਗੂਆਂ 'ਚ ਚੱਲ ਰਿਹਾ।